ਅਮਰਤਾ ਪ੍ਰੀਤਮ ਦੀ ਕਹਾਣੀ ਹੈ ਵਿਰਸਾ 19ਵੀਂ ਸਦੀ ਦਾ ਆਖਰੀ ਵਰ੍ਹਾ ਸੀ ਇਹ ਗੁਜਰਾਂ ਵਾਲੇ ਦੀ ਗੱਲ ਹੈ ਆਪਣੇ 6 ਮਹੀਨਿਆਂ ਦੇ ਪੁੱਤਰ ਨੂੰ ਛੱਡ ਕੇ ਜਦੋਂ ਲక్ష్ਮੀ ਗੁਜ਼ਰ ਗਈ ਸਾਰੇ ਘਰ 'ਚ ਇੱਕ ਵਾਰੀ ਤਰਾਸ ਤਰਾਸ ਪੈ ਗਈ 6 ਮਹੀਨਿਆਂ ਦੇ ਬਿਲਕ ਦੇ ਮੁੰਡੇ ਨੂੰ ਸਾਰੇ ਨੰਦ ਬੁਲਾਉਂਦੇ ਸਨ ਨੰਦ ਲక్ష్ਮੀ ਦਾ ਪੰਜਵਾਂ ਪੁੱਤਰ ਸੀ ਤੇ ਨਾ ਪੰਜ ਭਰਾਵਾਂ ਦੀ ਇੱਕ ਭੈਣ ਸੀ ਹਾਕਮ ਵੱਡੇ ਮੁੰਡੇਆਂ ਨੂੰ ਮੈਨੂੰ ਫਿਕਰ ਨਹੀਂ ਪਲ ਖਲੋਤੇ ਨੇ ਫਿਕਰ ਸਿਰਫ ਨੰਦ ਦਾ ਏ ਜੋਸ ਨੂੰ ਅਲੂਆ ਏ ਤੇ ਜਾਂ ਹਾਕੋ ਦਾ ਫਿਕਰ ਏ ਕੁੜੀ ਜੋ ਹੋਈ ਕੁੜੀਆਂ ਨਹੀਂ ਮਾਂਵਾਂ ਬਿਨਾਂ ਪਲਦੀਆਂ ਲక్ష్ਮੀ ਦੀ ਬੁੱਢੀ ਮਾਂ ਦਾ ਰੋਣ ਨਹੀਂ ਸੀ ਸੁੱਕਦਾ ਲక్ష్ਮੀ ਉਹਦੀ ਕੋਤੀ ਸੀ ਹੋਰ ਨਾ ਕੋਈ ਧੀ ਨਾ ਪੁੱਤਰ ਉਹਦੀ ਥਾਂਵੇਂ ਮੈਂ ਮਰ ਜਾਂਦੀ ਉਹ ਰੋ ਰੋ ਕੇ ਆਖਦੀ ਲక్ష్ਮੀ ਦੇ ਪਿਤਾ ਸਰਦਾਰ ਅਮਰ ਸਿੰਘ ਸੱਚ ਦੇ ਵਿਸ਼ਾਉਕਾਰਾ ਕਰਦੇ ਸਨ ਪੈਸਾ ਉਹਨਾਂ ਕੋਲ ਆਖਰਾਂ ਦਾ ਸੀ ਪਰ ਸੰਭਣ ਵਾਲਾ ਕੋਈ ਨਹੀਂ ਸੀ। ਲੀਰ-ਲੀਰ ਜੋੜ ਕੇ ਮੈਂ ਚੁੰਨੀ ਬਣਾਈਏ। ਲక్ష్ਮੀ ਦੀ ਮਾਨ ਨਾਲੇ ਨੰਦ ਨੂੰ ਤੇ ਨਾਲੇ ਹਾਕਮ ਨੂੰ ਆਪਣੇ ਘਰ ਲੈ ਗਈ ਤੇ ਨਾਲੇ ਗੁਜ਼ਾਰੇ ਤੋਂ ਔਖੀ ਆਪਣੇ ਨਨਾਨ ਦੇ ਪੁੱਤਰ ਚੰਦਾ ਸਿੰਘ ਨੂੰ। ਦਾਣੇ ਛੜਨ ਵਾਲੀ ਇੱਕ ਜਨਾਨੀ ਦੇ ਦੁੱਧ ਤੇ ਉਹਨਾਂ ਨੇ ਨੰਦ ਨੂੰ ਪਾਲ ਲਿਆ। ਚੰਦਾ ਸਿੰਘ ਇਹਨਾਂ ਸਾਰਿਆਂ ਤੋਂ ਵੱਡਾ ਸੀ। ਨੰਦ ਤੇ ਹਾਕਮ ਦਾ ਭਾਵੇਂ ਉਪਰ ਆ ਗਏ ਨੇ ਆ ਜਾਣਾ ਚਾਹੀਦਾ ਸੀ ਪਰ ਪਹਿਲੇ ਸਾਕੋਂ ਦੋਵੇਂ ਬੱਚੇ ਉਹਨੂੰ ਮਾਮਾ ਬੁਲਾਉਣ ਲੱਗ ਪਏ ਸਰਦਾਰ ਅਮਰ ਸਿੰਘ ਹੋਰਾਂ ਨੇ ਆਪਣੀ ਵਸੀਅਤ ਕੀਤੀ ਤੇ ਲਿਖਿਆ ਕਿ ਮੇਰੇ ਪਿੱਛੋਂ ਮੇਰੀ ਸਾਰੀ ਜਾਇਦਾਦ ਇਹਨਾਂ ਤਿੰਨਾਂ ਬੱਚਿਆਂ 'ਚ ਕੋਰੀ ਵੰਡ ਦਿੱਤੀ ਜਾਏ ਤੇ ਜਦੋਂ ਆਨੰਦ ਤੇ ਹਾਕੋ ਦੇ ਸਿਰ ਉੱਤੇ ਨਾਨੀ ਨਾਨੀ ਦੀ ਛਾਂ ਵੀ ਢਲ ਗਈ ਉਹਨਾਂ ਕੋਲ ਜਾਂ ਅੰਤਾਂ ਦੀ ਦੌਲਤ ਸੀ ਤੇ ਜਾਂ ਉਹ ਮਾਮਾ ਚੰਦਾ ਸਿੰਘ ਤੇ ਉਹਦੀ ਪਤਨੀ ਜਮਨਾ ਦੇ ਆਨੰਦ ਤੇ ਹਾਕੋ ਦਾ ਪਿਤਾ ਸਰਦਾਰ ਗਿਆਨ ਸਿੰਘ ਵੀ ਗੁਜ਼ਰ ਚੁੱਕਾ ਸੀ ਵੱਡੇ ਭਰਾਵਾਂ ਵਿੱਚੋਂ ਦੋ ਮਰ ਗਏ ਸਨ ਇੱਕ ਟੱਬਰ ਟੌਰ ਨੂੰ ਛੱਡ ਕੇ ਸ਼ਰਾਬੀ ਹੋ ਗਿਆ ਸੀ ਤੇ ਦੂਸਰਾ ਸੰਤਾਂ ਦੇ ਡੇਰੇ ਜਾ ਬੈਠਾ ਸੀ ਮਾਮੇ ਤੇ ਮਾਸੀ ਨੇ ਹਾਕਮ ਦਾ ਵਿਆਹ ਕਰ ਦਿੱਤਾ ਆਖਦੇ ਨੇ ਹਾਕਮ ਅੰਤਾਂ ਦੀ ਸੋਹਣੀ ਸੀ ਮੈਂ 15-16 ਸਾਲਾਂ ਦੀ ਸਾਂ ਜਦੋਂ ਮੈਂ ਇੱਕ ਵਾਰ ਗੁਜਰਾਵਾਲੀ ਗਈ ਮੈਨੂੰ ਹਾਕਮ ਦੀ ਢਾਡੀ ਪੁਰਾਣੀ ਸੇਲੀ ਮਿਲੀ ਆਖਣ ਲੱਗੀ ਤੂੰ ਹਾਕੋ ਦੀ ਭਤੀਜੀ ਵੀ ਨਿੱਕੀ ਹਾਕੋ ਹੈ ਉਹ ਹੁਣ ਨਾ ਕੋਹ ਨੂੰ ਮੱਥਾ ਹਉ ਅੱਖਾਂ ਸਾਰੀ ਨੁਹਾਰ ਉਹ ਪੈਂਦੀ ਏ ਪਰ ਹਾਕੋ ਸੋਹਣੀ ਬੜੀ ਸੀ ਉਹੋ ਜਿਹਾ ਨੂਰ ਨਹੀਂ ਕਿਸੇ ਨੇ ਪਾਣਾ ਹਾਕੋ ਨੇ ਜਦੋਂ ਪਹਿਲੀ ਵਾਰ ਆਪਣੇ ਪਤੀ ਬੇਲਾ ਸਿੰਘ ਨੂੰ ਵੇਖਿਆ ਪਤਾ ਨਹੀਂ ਕਿਹੜਾ ਵਿਰਾਗ ਉਹਦੇ ਅੰਦਰੋਂ ਜਾਗਿਆ ਮੰਮੀ ਮੈਨੂੰ ਦੱਸਦੀ ਹੁੰਦੀ ਸੀ ਹਾਕੋ ਬਸੇ ਹੋਈ ਗੱਲ ਆਖੇ ਮੰਮੀ ਜੀ ਮੇਰਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਤੇ ਹਾਕੋ ਨੇ ਸਹਰੇ ਜਾਣ ਤੋਂ ਨਾ ਕਰ ਦਿੱਤੀ ਹੁਣ ਅਸੀਂ ਉਹਨੂੰ ਕਿਵੇਂ ਰੱਖੀਏ ਰੱਬ ਤੋਂ ਝੂਠੇ ਤੇ ਜੱਗ ਤੋਂ ਵੀ ਝੂਠੇ ਮਾਂ ਉਹਦੀ ਕੋਈ ਨਾ ਪਿਓ ਦਾ ਕੋਈ ਨਾ ਲੋਕ ਆਖਣਗੇ ਕਿ ਦੌਲਤ ਪਿੱਛੇ ਮਾਮਾ ਤੇ ਮਾਮੀਆਂ ਨੂੰ ਬਸਣ ਨਹੀਂ ਦਿੰਦੇ ਮੈਂ ਅੰਦਰ ਅੰਦਰ ਵੜਵੜ ਰੋਵਾਂ ਆਖਾਂਤੀਏ ਤਿਆਂ ਕਦੇ ਰਾਜਿਆਂ ਰਾਣਿਆਂ ਦੇ ਘਰ ਨਾ ਰਹੀਆਂ ਮੈਂ ਤੈਨੂੰ ਕਿੱਥੇ ਰੱਖਾਂਗੀ ਐ ਤੇਰੀ ਉਮਰ ਐ ਤੇਰੀ ਸ਼ਕਲ ਆਖਦੇ ਨੇ ਹਾਕੂ ਨੇ ਘਰ ਚ ਇੱਕ ਭੋਰਾ ਕਢਾਇਆ ਚਲੀਹੇ ਸ਼ੁਰੂ ਕਰ ਦਿੱਤੇ ਕੱਚੇ ਛੋਲੇ ਪਾਣੀ ਚ ਭਿਉਂ ਛੱਡਣੇ ਜਦੋਂ ਨਰਮ ਹੋ ਜਾਣੇ ਤਾਂ ਚੱਬ ਲੈਣੇ। ਨੰਦ ਵਾਸਤੇ ਦੁਨੀਆ 'ਚ ਜੋ ਕੁਝ ਸੀ ਉਹਦੀ ਭੈਣ ਸੀ। 14-15 ਵਰਿਆਂ ਦੇ ਨੰਦ ਨੇ ਆਪਣੀ ਭੈਣ ਦੀ ਰਿਸੀ ਆਪਣੀ ਕਮੀਜ਼ ਗੇਰੂਏ ਰੰਗ 'ਚ ਰੰਗ ਲਈ। ਰੋਟੀ ਰੱਤ ਖਾਣੀ ਛੱਡ ਦਿੱਤੀ। ਉਹ ਕੱਚੇ ਭਿੱਜੇ ਹੋਏ ਛੋਲੇ ਖਾਣ ਨੂੰ ਚਲੀਏ ਕੱਟਣ ਨੂੰ ਤੇ ਰਾਤਾਂ ਜਾਗਣ ਨੂੰ ਆਪਣਾ ਮਨ ਬਣਾ ਲਿਆ। ਹਾਕੂ ਦੇ ਸੌਰਿਆਂ ਨੇ ਫੇਰੇ ਤੇ ਫੇਰਾ ਪਾਣਾ ਸ਼ੁਰੂ ਕਰ ਦਿੱਤਾ। ਕੋਈ ਆਖਦਾ ਹਾਕੂ ਨੂੰ ਸੌਰੇ ਜਾਣਾ ਚਾਹੀਦਾ ਹੈ ਕੋਈ ਆਖਦਾ ਹਾਕੂ ਦਾ ਧੰਨ ਜਨਮ ਹੈ ਉਹਨੇ ਕੀ ਲੈਣਾ ਦੁਨੀਆ ਦੇ ਜੰਜਾਲਾਂ 'ਚ ਫਸ ਕੇ ਗਲੀ ਮੱਲੇ ਦੀਆਂ ਜਨਾਨੀਆਂ ਸਾਰਾ ਦਿਨ ਜੁੜੀਆਂ ਰਹਿੰਦੀਆਂ ਪਾਠ ਕਰਦੀਆਂ ਭਜਨ ਕਰਦੀਆਂ ਕੀਰਤਨ ਕਰਦੀਆਂ ਉਹਦੀ ਮਾਮੀ ਮੈਨੂੰ ਦੱਸਦੀ ਹੁੰਦੀ ਸੀ ਮੇਰਾ ਘਰ ਅੱਛੀ ਖਾਸੀ ਧਰਮਸ਼ਾਲਾ ਬਣ ਗਿਆ ਹਾਕੂ ਅੱਜ ਫੇਰ ਆਏ ਨੇ ਮੈਂ ਕੀ ਆਖਾਂ ਇੱਕ ਦਿਹਾੜੇ ਮਾਮੇ ਨੇ ਹਾਕੂ ਨੂੰ ਆਖਿਆ ਉਹਦੇ ਸਹੁਰਿਆਂ ਤੋਂ ਆਪ ਮੁੰਡਾ ਤੇ ਉਹਦਾ ਪਿਓ ਹਾਕੂ ਨੂੰ ਲੈਣ ਆਏ ਸਨ ਤੁਸੀਂ ਫਿਕਰ ਨਾ ਕਰੋ ਮਾਮਾ ਜੀ ਮੈਂ ਪਾਠ ਕਰਨ ਲੱਗੀ ਹਾਂ ਤੁਸੀਂ ਉਹਨਾਂ ਨੂੰ ਅੰਦਰ ਭੇਜ ਦਿਓ ਹਾਕੂ ਨੂੰ ਕੁੰਡ ਕੱਢਣਾ ਚਾਹੀਦਾ ਸੀ ਪਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਜਦੋਂ ਹਾਕੂ ਨੇ ਬੇਲਾ ਸਿੰਘ ਨੂੰ ਵੇਖਿਆ ਤਾਂ ਗੰਭੀਰ ਹੋ ਕੇ ਆਖਣ ਲੱਗੀ ਆਓ ਵੀਰ ਜੀ ਮੈਂ ਪਾਠ ਕਰਨੀ ਹਾਂ ਤੁਸੀਂ ਸੁਣੋ ਆਖਦੇ ਨੇ ਬੇਲਾ ਸਿੰਘ ਚੁੱਪ ਦਾ ਚੁੱਪ ਹੋ ਗਿਆ ਉਹਦੇ ਪਿਓ ਨੇ ਪੁੱਤਰ ਨੂੰ ਬਾਹਾਂ ਉਠਾ ਕੇ ਆਖਿਆ ਆ ਬੇਲਾ ਸਿੰਘਾ ਮੁਰ ਚਲੀਏ ਅਸੀਂ ਬੀਬੀ ਨੂੰ ਤੰਗ ਨਹੀਂ ਕਰਨਾ ਹਾਕੂ 20 ਵਰਿਆਂ ਦੀ ਭਰ ਜਵਾਨ ਸੀ ਪਰ ਸਾਧਨਾ ਦੀ ਅੱਗ 'ਚ ਉਹਨੇ ਆਪਣੀ ਜਵਾਨੀ બાળ ਲਈ ਸੀ ਬਲੀ ਹੋਈ ਜਵਾਨੀ 'ਚ ਜਦੋਂ ਹਾਕੋ ਨੇ ਆਖਰੀ ਸਾਹ ਲਏ ਆਪਣੇ ਨੰਦਵੀਰ ਨੂੰ ਛਾਤੀ ਨਾਲ ਘੁੱਟਿਆ ਤੇ ਦੀਵੇ ਦੀ ਲੋਅ 'ਚ ਬੈਠ ਕੇ ਵਸੀਅਤ ਲਿਖ ਦਿੱਤੀ ਕਿ ਮੇਰੀ ਸਾਰੀ ਦੌਲਤ ਮੇਰੇ ਨੰਦਵੀਰ ਨੂੰ ਦਿੱਤੀ ਜਾਏ ਹਾਕੋ ਗੁਜ਼ਰ ਗਈ ਨੰਦ ਨੂੰ ਜਾਪਿਆ ਅੱਗੇ ਤਾਂ ਉਹਨੇ ਭੈਣ ਦੀ ਰਿਸੋਰੀ ਸੀ ਯੋਗਤਾ ਰਿਆ ਸੀ ਪਰ ਅਸਲੀ ਯੋਗਤਾ ਰਨ ਦਾ ਵੇਲਾ ਹੋਣਾ ਆਇਆ ਸੀ ਹੁਣ ਉਹਦੀ ਦੁਨੀਆ ਅਸਲੋਂ ਖਾਲੀ ਹੋ ਗਈ ਸੀ ਤੇ ਹੁਣ ਉਹਨੇ ਕਿਸੇ ਅਣਡਿੱਠੇ ਤੇ ਅਣਸੁਨੇ ਰੱਬ ਦੀ ਹੋਂਦ ਨਾਲ ਆਪਣੇ ਦਿਲ ਦੀ ਦੁਨੀਆ ਨੂੰ ਪਰਨਾ ਸੀ। ਨੰਦ ਨੇ ਆਪਣੀ ਦੌਲਤ ਦੀ ਹੂਲੀ ਖੇਡ ਦਿੱਤੀ। ਉਹਨਾਂ ਦਿਨਾਂ ਬਾਰੇ ਉਹਨਾਂ ਦਾ ਆਪਣਾ ਕਹਿਣਾ ਕਿਸੇ ਲਟਕਨੇ ਸਭ ਪਾਸੇ ਭੁਲਾ ਦਿੱਤੇ ਸਨ। ਮਾਪਿਆਂ ਦੀ ਦਿੱਤੀ ਹੋਈ ਦੌਲਤ ਦੀ ਹੂਲੀ ਖੇਡ ਰਿਆ ਸਾਂ। ਜਿਸ ਰਸਤੇ ਵੱਲ ਮੈਂ ਜਾ ਰਿਹਾ ਸਾਂ ਉਸ ਰਸਤੇ 'ਚ ਮੈਨੂੰ ਸਭ ਤੋਂ ਵੱਡਾ ਡਰ ਸੀ ਪੂੰਜੀ ਦਾ। ਇਹ ਪੂੰਜੀ ਕਿਸੇ ਵੇਲੇ ਵੀ ਵਿਗਨ ਪਾ ਸਕਦੀ ਸੀ। ਇਹਦੀ ਹਲਕ ਮੁਕਾਇਬਾ ਬੇਫਿਕਰੀ ਦਾ ਭਰੋਸਾ ਨਹੀਂ ਸੀ ਹੋ ਸਕਦਾ ਮੈਂ ਉਸ ਲਟਕਦੀਆਂ ਲਾਟਾਂ ਚ ਹੁੱਤੀ ਦੇ ਰਿਹਾ ਸੀ ਉਸ ਵੇਲੇ ਮੇਰੇ ਕੋਲ ਮਕਾਨ ਜ਼ਮੀਨਾਂ ਖੂਜੇ ਵਰ ਤੇ ਚੁੱਕੀ ਨਗਦੀ ਸੀ ਉਸ ਸਭ ਕਾਸਦਾ ਭਾਰ ਲਾ ਕੇ ਮੈਂ ਆਪਣੇ ਆਪ ਨੂੰ ਹੌਲਾ ਹੌਲਾ ਮਹਿਸੂਸ ਕਰ ਰਿਹਾ ਸੀ ਹੁਣ ਬਾਕੀ ਸੀ ਅੱਧੇ ਲੱਖ ਤੋਂ ਉੱਪਰ ਦੀ ਉਗਰਾਈ ਉਹਦੀਆਂ ਸਾਰੀਆਂ ਲਿਖਤਾਂ ਨੂੰ ਇਕੱਠਿਆਂ ਕਰਕੇ ਮੈਂ ਨਿੱਕੀ ਜਿਹੀ ਢਿਲੀ ਵਾਲੀ ਉਹਨਾਂ ਸੜਦੇ ਕਾਗਜ਼ਾਂ ਨੂੰ ਵੇਖ ਰਿਹਾ ਸਾਂ ਤੇ ਨਾਲ ਹੀ ਮੈਨੂੰ ਸੜਦੇ ਹੋਏ ਦਿਸ ਰਹੇ ਸਨ ਆਪਣੇ ਟੰਟੇ ਬਖੇੜੇ ਲੋਕਾਂ ਦੇ ਡਰਾਉਣੇ ਸੁਪਨੇ ਉਹਨਾਂ ਦੇ ਕੁਰਕੀਆਂ ਤੇ ਗ੍ਰਿਫਤਾਰੀਆਂ ਦੇ ਵਾਰੰਟ ਅੱਗ ਨੱਚ ਰਹੀ ਸੀ ਸ਼ਾਇਦ ਚੋ ਮਰਨਾਚ ਨੱਚਦੇ ਮੂਹਾਂ ਵਾਂ ਗਰੀਬਾਂ ਦੀ ਖੁਸ਼ੀ ਵੀ ਉਸ ਵੇਲੇ ਭਖ ਰਹੀ ਹੋਏਗੀ ਇਨਕੀ ਜੀ ਅੱਗ ਆਪਣੇ ਥੋੜੇ ਜੇ ਸੇਕ ਨਾਲ ਕੋਹਾ ਦੂਰ ਬੈਠੇ ਕਈਆਂ ਦਾ ਪਾਲਾ ਦੂਰ ਕਰ ਰਹੀ ਸੀ ਮੇਰੇ ਵੇਖਦਿਆਂ ਵੇਖਦਿਆਂ ਸਾਰੇ ਕਾਗਜ਼ ਸੜ ਕੇ ਸੁਆਹ ਹੋ ਗਏ ਤੇ ਨਾਲ ਹੀ ਸੁਆਹ ਹੋ ਗਿਆ ਸ਼ਾਹੂਕਾਰੇ ਦਾ ਕਮੰਡ ਨੰਦ ਨੇ ਆਪਣੀ ਦੌਲਤ ਲੋਟਾ ਦਿੱਤੀ ਮੰਮੀ ਨੇ ਉਹਦੀ ਕਿਤੇ ਅੰਮ੍ਰਿਤਸਰ ਕੁੜਮਾਈ ਕੀਤੀ ਸੀ ਆਨੰਦ ਨੇ ਉਹ ਵੀ ਛੱਡ ਦਿੱਤੀ ਤੇ ਘਰ ਵੀ ਤਿਆਗ ਦਿੱਤਾ ਉਦੋਂ ਆਨੰਦ ਦੀ ਉਮਰ 18 ਵਰਿਆਂ ਦੀ ਹੋਏਗੀ ਗੁਜਰਾਂ ਵਾਲੇ ਸਾਧੂਆਂ ਦਾ ਇੱਕ ਚੰਗਾ ਵੱਡਾ ਡੇਰਾ ਸੀ ਡੇਰੇ ਦੀ ਸਾਰਿਆਂ ਤੋਂ ਵੱਡੀ ਸ਼ਖਸੀਅਤ ਦਿਆਲ ਜੀ ਵਿੱਚ ਆਨੰਦ ਨੂੰ ਬੜਾ ਇਤਕਾਦ ਸੀ ਇਹ ਇਤਕਾਦ ਉਮਰ ਦੇ ਅਖੀਰ ਤੱਕ ਬਣਿਆ ਰਿਹਾ ਆਨੰਦ ਨੇ ਆਪਣੇ ਦਿਆਲ ਜੀ ਦੇ ਡੇਰੇ ਰਹਿਣਾ ਸ਼ੁਰੂ ਕਰ ਦਿੱਤਾ ਕਦੇ ਕਿਸੇ ਸ਼ਹਿਰ ਕਦੇ ਕਿਸੇ ਸ਼ਹਿਰ ਘੁੰਮ ਲੈਣਾ ਤੇ ਫਿਰ ਗੁਜਰਾਂ ਵਾਲੇ ਆ ਜਾਣਾ ਆਪੋਂ ਆਪਣੇ ਖਾਣ ਵਾਸਤੇ ਸਾਰੇ ਸਾਧੂਆਂ ਨੂੰ ਰੋਟੀ ਮੰਗਣੀ ਪੈਂਦੀ ਸੀ ਸਾਰੇ ਸਾਧ ਜਦੋਂ ਡੇਰੀ 'ਚ ਇਕੱਠੇ ਹੁੰਦੇ ਕਿਸੇ ਕੋਲ ਰੋਟੀ ਦਾ ਥੱਬਾ ਹੁੰਦਾ ਕਿਸੇ ਕੋਲ ਵਾਧੂ ਪੂੜੇ ਜਾਂ ਹੋਰ ਵਸਤਾਂ ਪਰ ਨੰਦ ਕੇਵਲ ਇੱਕੋ ਘਰ ਆਵਾਜ਼ ਦਿੰਦਾ ਜੇ ਰੋਟੀ ਮਿਲ ਜਾਂਦੀ ਤਾਂ ਫਿਰ ਉਹਨੂੰ ਕੋਈ ਦੂਸਰੇ ਘਰ ਆਵਾਜ਼ ਦੇਣੀਆਂ ਦੇਂਦਿਆਂ ਨਹੀਂ ਸੀ ਸੁਣ ਸਕਦਾ ਇੱਕੋ ਵੇਲੇ ਰੋਟੀ ਖਾਣੀ ਹੁੰਦੀ ਸੀ ਜਿੱਥੇ ਮਿਲੀ ਉੱਥੇ ਖਾ ਲਈ ਤੇ ਫਿਰ ਉਸ ਦਿਨ ਦਾ ਕੰਮ ਮੁੱਕ ਗਿਆ ਹੌਲੀ-ਹੌਲੀ ਚਰਚਾ ਚੱਲ ਪਈ। ਇਹ ਬਾਲਕਾ ਸਾਧੂ ਕੇਵਲ ਇੱਕੋ ਵਾਰੀ ਆਵਾਜ਼ ਦਿੰਦਾ ਹੈ ਤੇ ਫਿਰ ਭਾਵੇਂ ਕੋਈ ਲੱਖ ਨੇਮ ਤਾਗੇ ਧਰੇ ਤੱਕਦਾ ਨਹੀਂ। ਆਨੰਦ ਦੀ ਵੀ ਹਵਰਿਆਂ ਦੀ ਉਮਰ ਸਾੰਮਲਾ ਰੰਗ ਕਿੱਖੇ ਨਕਸ਼ ਉੱਤੇ ਦਿਲ ਦੀ ਅਮੀਰੀ ਨੂੰ ਵੇਖ ਕੇ ਗਲੀ ਮੁल्ले ਵਾਲੀਆਂ ਆਨੰਦ ਨੂੰ ਆਪਣੇ ਘਰ ਦੀ ਰੋਟੀ ਖਵਾਉਣ ਵਾਸਤੇ ਆਪੋ ਵਿੱਚ ਜਿੱਦੇ ਪੈ ਜਾਂਦੀਆਂ। ਜਿਨੇ ਪਹਿਲ ਕਰ ਲਈ ਕਰ ਲਈ, ਦੂਸਰੀ ਜਣੀ ਦੀ ਚੀਜ਼ ਬਣੀ ਰਹਿ ਗਈ। ਆਨੰਦ ਨੇ ਫਿਰ ਕਿਸੇ ਚੀਜ਼ ਨੂੰ ਹੱਥ ਨਹੀਂ ਸੀ ਲਾਉਣਾ ਹੁੰਦਾ। ਨੰਦ ਨੇ ਜੋਗ ਸਾਧਨਾ ਕੀਤੀ ਸੰਸਕ੍ਰਿਤ ਪੜ੍ਹੀ ਹਕਮਤ ਸਿੱਖੀ ਵਰੇ ਤੇ ਵਰੀ ਪੈਣ ਲੱਗੇ ਪਰ ਨੰਦ ਨੂੰ ਜਾਪਦਾ ਏ ਕਾਦੇ ਲਈ ਮੰਨ ਦੀ ਸ਼ਾਂਤੀ ਤਾਂ ਕਿਧਰੇ ਨਹੀਂ ਨਾਲ ਦੇ ਸਾਥੀ ਸਾਧੂਆਂ ਨੂੰ ਵੇਖਿਆ ਉਹਨਾਂ ਚ ਦੁਨੀਆਦਾਰਾਂ ਵਾਂਗ ਪੈਸੇ ਦਾ ਲਾਲਚ ਹੁੰਦਾ ਚੰਗਾ ਖਾਣ ਦੀ ਰੀਝ ਹੁੰਦੀ ਇੱਕ ਦੂਸਰੇ ਦੀ ਨਿੰਦਿਆ ਹੁੰਦੀ ਨੰਦ ਦੇ ਉਚਾਟ ਮਨ ਨੂੰ ਜਿਵੇਂ ਪਹਿਲੂ ਸੋਨੇ ਦੀਆਂ ਸੁਨਹਿਰੀ ਤਾਰਾਂ ਨੇ ਨਹੀਂ ਸੀ ਬੰਨਿਆ ਓਵੇਂ ਜੋਗ ਦੀਆਂ ਖਰਵੀਆਂ ਰस्सੀਆਂ ਵੀ ਨਾ ਬਨ ਸਕੀ ਨੰਦ ਦੇ ਮਨ ਦੀ ਇਸ ਉਪਰਾਮਤਾ ਨੇ ਕਵਿਤਾ ਦਾ ਰੂਪ ਧਾਰ ਲਿਆ। ਦਿਆਲ ਜੀ ਕਵਿਤਾ ਦੇ ਤੇ ਸੰਗੀਤ ਦੇ ਰਸੀਏ ਸਨ। ਨੰਦ ਅੱਗੇ ਹੀ ਉਹਨਾਂ ਦਾ ਅਜ਼ੀਜ਼ ਸੀ। ਉਹ ਨੰਦ ਨੂੰ ਹੋਰ ਵੀ ਪਿਆਰ ਕਰਨ ਲੱਗ ਪਏ। ਸਾਥੀਆਂ 'ਚ ਹੋਰ ਵੀ ਈਰਖਾ ਜਾਗ ਪਈ ਤੇ ਨੰਦ ਦਾ ਮਨ ਹੋਰ ਉਪਰਾਮ ਹੋ ਗਿਆ। ਡਾਟੀਆਂ ਜਵਾਨ ਦੋ ਕੁੜੀਆਂ ਦਿਆਲ ਜੀ ਕੋ ਲਾਉਂਦੀਆਂ ਮੱਥਾ ਟੇਕਦੀਆਂ ਤੇ ਮੁੜ ਜਾਂਦੀਆਂ ਸਨ। ਕੋਈ ਵਰੀ ਭਰ ਤੋਂ ਨੇਮ ਚੱਲਦਾ ਪਿਆ ਸੀ। ਉਮਰ ਦੋਹਾਂ ਦੀ ਲਗਭਗ ਇੱਕੋ ਜਿਹੀ ਸੀ। ਵਰੀ ਕੁੜੀ ਹੱਥ ਲਾਇਆ ਮੈਲੀ ਹੁੰਦੀ ਸੀ ਆਪਣੇ ਨਾਲ ਦੀ ਸੱਤ ਨੂੰ ਆ ਭਾਬੀ ਆਕਦੀ ਸੀ ਭਾਬੀ ਦੇ ਕੁਛੜ ਇੱਕ ਸੁਨੱਖਾ ਮੁੰਡਾ ਚੁੱਕਿਆ ਹੁੰਦਾ ਸੀ ਪਰ ਮੂੰਹ ਦੋਹਾਂ ਦੇ ਮੁਰਝਾਏ ਹੋਏ ਹੁੰਦੇ ਇੱਕ ਦਿਹਾੜੇ ਕਹਿਰਾਂ ਦਾ ਮੀਂਹ ਵਸਤਾ ਪਿਆ ਸੀ ਤਵੇਂ ਕੁੜੀਆਂ ਨੇਮ ਨਾਲ ਆਈਆਂ ਤੇ ਵਸਤੇ ਮੀਂਹ ਚ ਮੋੜਨ ਲੱਗੀਆਂ ਠਹਿਰ ਜਾਉਤੀ ਏ ਦਿਆਲ ਜੀ ਨੇ ਆਖਿਆ ਅਸਾ ਸਕੂਲ ਜਾਣਾ ਸਕੂਲ ਅਸੀਂ ਦੋਵੇਂ ਪੜਨੀਆਂ ਪੜਾਣੀਆਂ ਵਾਂ ਇਹ ਤੇਰੀ ਭਾਬੀ ਲੱਗਦੀ ਏ ਦਿਆਲ ਜੀ ਨੇ ਪੁੱਛਿਆ ਕੁੜੀ ਨਾਂ ਬੋਲੀ ਪਰ ਭਾਬੀ ਨੇ ਦੁੱਖਾਂ ਨੂੰ ਵੰਡ ਦੇ ਦੇ ਲੱਗੇ ਆਪਣਾ ਦੁੱਖ ਰੱਖ ਦਿੱਤਾ ਸਾਡੇ ਵਿੱਚ ਵੱਟੋ ਸੱਟਾ ਹੁੰਦਾ ਹੁੰਜ ਤੇ ਮੈਦੀ ਭਾਬੀਆਂ ਤੇ ਇਹ ਮੇਰੀ ਭਾਬੀ ਹੈ ਪਰ ਪਰ ਦਿਆਲ ਜੀ ਨੇ ਪਿਆਰ ਨਾਲ ਪੁੱਛਿਆ ਕਿਸਮਤ ਬੜੀ ਡਾਡੀ ਹੁੰਦੀ ਹੈ ਮੈਂ ਦੇ ਭਰਾ ਨਾਲ ਵਿਆਹੀ ਗਈ ਤੇ ਉਹਦੇ ਬਦਲੇ ਇਸ ਚੰਨ ਜੀ ਕੁੜੀ ਦਾ ਵਿਆਹ ਮੇਰੇ ਭਰਾ ਨਾਲ ਹੋ ਗਿਆ ਪਰ ਨਿਉ ਜੋਰੀ ਨਹੀਂ ਲੱਗਦੇ ਇਸ ਸਹੁਰੇ ਘਰ ਇੱਕ ਦਿਹਾੜਾ ਵੀ ਨਹੀਂ ਰਸੀ ਇਹਦਾ ਕਸੂਰ ਕੋਈ ਨਹੀਂ ਮੈਂ ਆਪ ਆਖਨੀ ਹੈ ਮੇਰਾ ਭਰਾ ਇਹਦੇ ਕਾਬਲ ਨਹੀਂ ਸੀ ਫਿਰ ਨਾਕਲੋਂ ਚੰਗਾ ਨਾ ਸ਼ਕਲੋਂ ਇਹ ਰੋਈ ਰੋ ਹੋ ਗਈ ਪੜ੍ਹੀ ਲਿਖੀ ਹੈ ਸੀ ਸਕੂਲ ਚ ਨੌਕਰੀ ਕਰਨ ਲੱਗ ਪਈ ਤੇ ਪਿੰਡੋਂ ਕਿਹੜਾ ਪਿੰਡ ਏ ਤੁਹਾਡਾ ਮਾਂਗਾ ਜ਼ਿਲ੍ਹਾ ਗੁਜਰਾਤ ਪਰ ਫਿਰ ਅਸੀਂ ਕਈ ਵਾਰੀ 라ਵਲਪਿੰਡੀ ਰਹੇ ਆ ਫਿਰ ਮੇਰਾ ਭਰਾ ਭਰਤੀ ਹੋ ਗਿਆ ਪਹਿਲੋਂ ਤੇ ਉਹਦੀ ਖਬਰ ਸੁਰ ਤੋਂ ਆਉਂਦੀ ਰਹੀ ਪਰ ਫਿਰ ਉਹ ਵੀ ਬੰਦ ਹੋ ਗਈ ਜਿਉਂਦਾ ਹੁੰਦਾ ਤੇ ਮੋੜ ਆਉਂਦਾ ਹੁਣ ਮਈਓ ਇਹਦੀ ਭਾਬੀਆਂ ਇਹ ਤੇ ਜਹੀ ਵਿਆਹੀ ਜਹੀ ਨਾ ਵਿਆਹੀ ਕੁਆਰੀ ਤੇ ਮੈਨੂੰ ਇਹਦਾ ਨਾਂ ਹੀ ਬੁਲਾਨੀ ਆ ਰਾਜ ਤੇ ਤੂੰ ਕਿਉਂ ਧੀਏ ਨੌਕਰੀ ਕਰਨੀ ਹੈ ਮੇਰੇ ਨਾਲ ਤਕਦੀਰ ਨੇ ਹੋਰ ਜ਼ੁਲਮ ਕੀਤਾ ਵਰਾ ਹੋਇਆ ਇਹਦਾ ਭਰਾ ਗੁਜ਼ਰ ਗਿਆ ਮੇਰੇ ਕੁਛੜ ਮੇਰਾ ਮੁੰਡਾ ਇਹ ਰਾਮ ਲਾਲ ਮੀਂ ਘੇਰਾਂ ਦਾ ਲੱਥ ਹੋਇਆ ਸੀ ਦਹਲੀ ਜੁੰਬਾਰ ਨਿਕਲਣ ਨੂੰ ਕਿਸੇ ਦੀ ਵਾਹ ਨਹੀਂ ਸੀ ਦਿਆਲ ਜੀ ਨੇ ਆਪਣੇ ਕੋਲ ਬੈਠੇ ਹੋਏ ਆਨੰਦ ਨੂੰ ਆਖਿਆ ਬੇਟਾ ਆਪਣੀ ਕਵਿਤਾ ਸੁਣਾਓ ਨੰਦ ਨੇ ਕਵਿਤਾ ਸੁਣਾਈ ਬੈਂਤਾਂ ਵਿੱਚ ਤੜਪ ਸੀ ਮਨ ਦੀ ਬੇਚੈਨੀ ਸੀ ਆਪਣੇ ਰੱਬ ਨੂੰ ਆਵਾਜ਼ ਸੀ ਦਿਆਲ ਜੀ ਹਮੇਸ਼ਾ ਅੱਖੀਆਂ ਮੀਟ ਕੇ ਕਵਿਤਾ ਸੁਣਦੇ ਹੁੰਦੇ ਸਨ ਅੱਜ ਜਦੋਂ ਉਹਨਾਂ ਨੇ ਅੱਖਾਂ ਖੋਲ੍ਹੀਆਂ ਉਹਨਾਂ ਦੇ ਨੰਦ ਦੀਆਂ ਅੱਖਾਂ ਰਾਜ ਦੇ ਮੂੰਹ ਹਲ ਪਟਕਦੀਆਂ ਪਈਆਂ ਸਨ ਤੇ ਰਾਜ ਦੀਆਂ ਅੱਖਾਂ 'ਚ ਮੋٹے-ਮੋٹے ਹੰਝੂ ਭਰੇ ਹੋਏ ਸਨ ਫਿਰ ਬਹੁਤ ਦਿਨਾਂ ਗੁਜ਼ਰੇ ਜਦੋਂ ਦਿਆਲ ਜੀ ਨੇ ਰਾਜ ਦੇ ਅਧਰੂਆਂ ਨੂੰ ਹਾਸਿਆਂ 'ਚ ਵਟਾ ਕੇ ਆਨੰਦ ਨੂੰ ਆਖਿਆ ਆਨੰਦ ਬੇਟਾ ਜੋਗ ਤੁਹਾਡੇ ਲਈ ਨਹੀਂ ਇਹ ਬਸਤਰ त्याग ਦਿਓ ਗ੍ਰਸਤ ਆਸ਼ਰਮ ਚ ਪੈਰ ਰੱਖੋ ਰਾਜ ਤਾਂ ਨਾ ਪਿਓ ਜਿੰਦਾ ਸੀ ਨਾ ਭਰਾ ਇੱਕ ਮਾਂ ਸੀ ਇੱਕ ਭਾਬੀ ਤੇ ਇੱਕ ਛੋਟੀ ਭੈਣ ਜਮਨਾ ਛੋਟੀ ਭੈਣ ਨੇ ਆਖਣਾ ਕੁਝ ਨਹੀਂ ਸੀ ਮਾਂ ਤੇ ਭਾਬੀ ਨੇ ਰਾਜ ਦੀ ਖੁਸ਼ੀ ਚ ਆਪਣੀ ਖੁਸ਼ੀ ਜਾਤੀ ਤੇ ਜਦੋਂ ਨੰਦ ਨੇ ਭਗਵੇਂ ਕੱਪੜਿਆਂ ਨੂੰ ਚਿੱਟੇ ਕੱਪੜਿਆਂ ਚ ਵਟਾ ਕੇ ਰਾਜ ਦੇ ਮੂੰਹ ਹਲ ਵੇਖਿਆ ਜਿਹੜੀ ਸ਼ਾਂਤੀ ਨੰਦ ਨੂੰ ਕਿਸੇ ਯੋਗ ਚ ਨਹੀਂ ਸੀ ਲੱਭੀ ਉਹ ਰਾਜ ਦੇ ਹੱਸਦੇ ਮੂੰਹ ਚੋਂ ਲੱਭ ਪਈ ਅਮਰਿਤਸਰ ਗਿਆ ਤੇ ਨੰਦਨੀ ਆਪਣਾ ਨਾਂ ਕਰਤਾਰ ਸਿੰਘ ਵਟਾਲਾ ਲਿਆ। ਉਪਨਾਮ ਪੀਯੂ ਖ ਰੱਖਿਆ। ਪੰਜਖੰਡ ਪਸੌੜ ਵਿੱਚ ਉਹਨਾਂ ਦੀ ਮਿੱਤਰਤਾ ਬਾਬੂ ਤੇਜਾ ਸਿੰਘ ਜੀ ਨਾਲ ਹੋ ਗਈ ਤੇ ਉੱਥੋਂ ਦੇ ਸਕੂਲ ਤੋਂ ਕਈ ਚਿਰ ਪੜਾਉਂਦੇ ਰਹੇ। 1919 ਚ ਰਾਜ ਨੂੰ ਲੈ ਕੇ ਉਹ ਗੁਜਰਾਂ ਵਾਲੇ ਆ ਗਏ। 15 ਪਾਦਰੋਂ ਮਤਲਬ 31 ਅਗਸਤ। ਜਦੋਂ ਉਹਨਾਂ ਦੇ ਘਰ ਧੀ ਜੰਮੀ ਉਹਨਾਂ ਦੇ ਪਿਆਰ ਦਾ ਫਲ ਆਪਣੀ ਧੀ ਵਾਸਤੇ ਕੋਈ ਨਾ ਉਹਨਾਂ ਦੀਆਂ ਅੱਖਾਂ 'ਚ ਜੱਜਦਾ ਨਹੀਂ ਸੀ ਆਪਣੇ ਉਪਨਾਮ ਪੀਉਖ ਨੂੰ ਪੰਜਾਬੀ 'ਚ ਵਟਾ ਕੇ ਉਹਨਾਂ ਨੇ ਆਪਣੀ ਧੀ ਦਾ ਨਾਮ ਅੰਮ੍ਰਿਤ ਰੱਖ ਦਿੱਤਾ ਆਪਣਾ ਉਪਨਾਮ ਉਹਨਾਂ ਨੇ ਹਿਤਕਾਰੀ ਰੱਖ ਲਿਆ ਆਖਦੇ ਹੁੰਦੇ ਸਨ ਪੀਉਖ ਦਾ ਭਾਵ ਅੰਮ੍ਰਿਤ ਹੈ ਤੇ ਹੁਣ ਅੰਮ੍ਰਿਤ ਮੇਰੀ ਧੀ ਦਾ ਨਾਮ ਹੈ ਮੇਰੇ ਉਪਨਾਮ ਦਾ ਵਜੂਦ ਬਣ ਗਿਆ ਹੁਣ ਮੈਂ ਇਹਦਾ ਹਿੱਤ ਚਾਹਣਾ ਸਭ ਦਾ ਹਿੱਤ ਚਾਹਣਾ ਇਸ ਲਈ ਹਿਤਕਾਰੀ ਹੁਣ ਅੱਗੋਂ ਉਸ ਕਲਮ ਦਾ ਤੇ ਉਹਦੇ ਤਜਰਬਿਆਂ ਦਾ ਜ਼ਿਕਰ ਹੈ ਜਿਹੜੀ ਇੱਕ ਬਾਪ ਨੇ ਆਪਣੇ ਬੱਚੀ ਨੂੰ ਵਿਰਸੇ 'ਚ ਦਿੱਤੀ ਸੀ ਧੰਨਵਾਦ